ਹੋਰ ਕਿਸੇ ਨੇ ਨਹੀਂ ਤੱਤਣੀ।
जो बोले सो निर्भय। सुदास बेनती करता है वृद्ध कुमार हीर जी जो फुटबॉल के कोच भी हैं ਅਤੇ ਇਸ ਵਕਤ ਸਰਵਿਸ ਕਰਦੇ ਹਨ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਮੈਨੇਜਰ ਦੇ ਤੌਰ ਤੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਹਨ ਸੋ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਤੋਂ ਸਪੈਸ਼ਲੀ ਤੌਰ ਤੇ ਪ੍ਰੋਗਰਾਮ ਵਾਸਤੇ ਆਏ ਹਨ ਬ੍ਰਿੰਦਰ ਕੁਮਾਰ ਹੀਰ ਜੀ ਫੁੱਟਬਾਲ ਦੇ ਕੋਚ ਵੀ ਨੇ ਤੇ ਇੰਡੀਆ ਤੋਂ ਸਪੈਸ਼ਲੀ ਤੌਰ ਤੇ ਜਿਓ ਬੋਲੇ ਸਾਰੀ ਸੰਗਤ ਨੂੰ ਮੇਰੇ ਵੱਲੋਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ। ਸੋ ਮੈਂ ਜਿੰਨੇ ਵੀ ਯੂਰਪ ਦੀ ਸੰਗਤ ਹੈ ਕਲੀਗ ਦੀ ਨਹੀਂ ਇੰਗਲੈਂਡ ਅਮੈਰੀਕਾ ਔਰ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਜਿੰਨੀ ਵੀ ਸੰਗਤ ਪਹੁੰਚੀ ਹੈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਗਤ ਪਿਤਾ ਗੁਰਮਤਿ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ 641ਵਾਂ ਅਵਤਾਰ ਪਰਵ ਦੇ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਇਹ ਜੋ ਪ੍ਰੋਗਰਾਮ ਹੈ ਇਹ ਇਕੱਲੀ ਕਮੇਟੀ ਦੇ ਬਸ ਦੀ ਗੱਲ ਨਹੀਂ ਹੈ ਇਹ ਪੂਰੀ ਯੂਰਪ ਦੀ ਜਿੰਨੀ ਵੀ ਸੰਗਤ ਹੈ ਚਾਹੇ ਵਿਜੇਸੀ ਦੀ ਸੰਗਤ ਹੈ ਚਾਹੇ ਵਿਰੋਧੀ ਦੀ ਹੈ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹਨੂੰ ਕਿ ਨੇਪਰੇ ਚਾੜ੍ਹਨ ਦੇ ਵਾਸਤੇ ਘੱਟੋ ਘੱਟ ਜਿਹੜੇ ਆ ਉਹ 2 ਮਹੀਨੇ ਲੱਗੇ ਸਨ ਉਹ 2 ਮਹੀਨੇ ਦੀ ਜਿਹੜੀ ਸਾਡੀ ਮਿਹਨਤ ਸੀਗੀ ਤੁਹਾਡੀ ਸਾਰਿਆਂ ਦੀ ਮਿਹਨਤ ਸੀਗੀ ਅੱਜ ਉਹ ਰੰਗ ਲਿਆਈ ਹੈ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਫੇਸਬੁੱਕ ਤੇ ਲਾਈਵ ਜਿਹੜਾ ਕਾਂਛੀ ਟੀਵੀ ਦੀ ਜਿਹੜੀ ਫੇਸਬੁੱਕ ਆ ਪੇਪਰ ਪੇਜ ਹੈ ਉਹਤੇ ਪ੍ਰੋਗਰਾਮ ਚੱਲ ਰਿਹਾ ਹੈ ਕੱਲ੍ਹ ਦਾ ਔਰ ਬੜੇ ਕਮੈਂਟ ਆ ਰਹੇ ਕਿ ਇਹ ਪ੍ਰੋਗਰਾਮ ਕਿੱਥੇ ਹੋ ਰਿਹਾ ਕਿ ਇਹ ਵੀ ਪੁੱਛਦੇ ਆ ਪਰ ਸਾਡੇ ਵੀ ਦੱਸ ਰਹੇ ਕਿ ਇਹ ਪ੍ਰੋਗਰਾਮ ਜਿਹੜਾ ਸ਼੍ਰੀ ਰਵਿਦਾਸ ਟੈਂਪਲ ਮੱਤਾ ਕਿ ਉਹ ਜਿਹੜੇ ਪਿੱਛੇ ਸੋ ਚੱਲ ਰਿਹਾ ਸੋ ਸਾਰੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਦਿਲੋਂ ਔਰ ਜਿੰਨੇ ਵੀ ਮੇਰੇ ਛੋਟੇ ਵੀਰ ਜਿਹੜੇ 2 ਮਹੀਨੇ ਤੋਂ ਲਗਾਤਾਰ ਜੋ ਕਿ ਚਾਹੇ ਉਹ ਕਿਤੇ ਸੇਵਾ ਕਰਦਾ ਹੈ ਚਾਹੇ ਕੋਈ ਬਾਹਰ ਜਿੱਥੇ ਜਿੱਥੇ ਵੀ ਇਹਦੀ ਡਿਊਟੀ ਲੱਗੀ ਆ ਸਾਰਿਆਂ ਨੇ ਆਪਣੀ ਡਿਊਟੀ ਜਿਹੜੀ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਨਿਭਾਈ ਆ ਔਰ ਮੈਂ ਆਪਣੇ ਵੱਲੋਂ ਸਾਰੀ ਸੰਗਤ ਦਾ ਔਰ ਸਾਰੇ ਜਿੰਨੇ ਵੀ ਸੇਵਾਦਾਰ ਆ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਔਰ ਇੱਕ ਵਾਰੀ ਫਿਰ ਮੈਂ ਜਿੰਨੇ ਵੀ ਨੌਜਵਾਨ ਮੇਰੇ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਜਿੰਨਾ ਕਿਸੇ ਕੋਲ ਹੋ ਸਕਿਆ ਸਾਰਿਆਂ ਨੇ ਕੀਤਾ ਮੈਂ ਕੱਲੇ ਕੱਲੇ ਦਾ ਡਾਂਸ ਕਰ ਨਹੀਂ ਲੈਂਦਾ ਕਿਉਂਕਿ ਇੱਕ ਦਾ ਨਾਂ ਲੈ ਤੇ ਦੂਜਾ ਨਾਰਾਜ਼ ਹੋ ਜਾਂਦਾ ਇਸ ਕਰਕੇ ਜਿਹਦੇ ਮੇਰੇ ਵੀਰਾਂ ਨੇ ਜਿੱਥੇ ਵੀ ਸੇਵਾ ਕੀਤੀ ਆ ਜਿਹਦੀ ਵੀ ਡਿਊਟੀ ਸੀ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਆ ਔਰ ਤਾਂ ਹੀ ਅੱਜ ਜਿਹੜਾ ਮਾਨ ਸਾਹਿਬ ਨੇ ਗਾਣਾ ਪਕਾਇਆ ਕਿ ਵਿਜੇਸੇ ਦਾ ਪੈ ਗਿਆ ਮਿੰਨੀ ਬੂਟਾ ਮੰਡੀ ਦਾ ਇਹ ਤੁਸੀਂ ਪੁਆਇਆ ਅਸੀਂ ਨਹੀਂ ਪੁਆਇਆ ਅਸੀਂ ਸਿਰਫ ਗਾਰੰਟੀ ਕੀਤਾ ਪੈਸਾ ਸਕਦਾ ਸੀ ਅਸੀਂ ਬਹੁਤ ਜਿੱਥੇ ਤੇ ਪੈਸੇ ਕੋਲ ਸਾਨੂੰ ਸਪੋਰਟ ਕਰਨਾ ਪਿਆ ਤੇ ਸਪੋਰਟ ਵੀ ਕੀਤਾ ਔਰ ਜਿੱਥੇ ਪੈਸਾ ਦੇਣਾ ਚਾਹੀਦਾ ਉੱਥੇ ਪੈਸਾ ਵੀ ਦਿੱਤਾ ਕਿਉਂਕਿ ਪੈਸੇ ਨਾਲ ਕੋਈ ਕੰਮ ਨਹੀਂ ਚੱਲਦਾ ਇਸ ਕਰਕੇ ਜਿੱਥੇ ਪਰ ਜਦੋਂ ਅਸੀਂ ਉਹਦੇ ਘਰ ਗਏ ਲੋਕ ਕਹਿੰਦੇ ਭਾਈ ਤੈਨੂੰ ਖਾਲੀ ਨਹੀਂ ਮੋੜਨਾ ਤੁਸੀਂ ਆਏ ਆ ਤੁਹਾਨੂੰ ਅਸੀਂ ਜ਼ਰੂਰ ਕੁਝ ਨਾ ਕੁਝ ਦੇਵਾਂਗੇ ਇਸ ਕਰਕੇ ਮੈਂ ਜਿੰਨੇ ਵੀ ਵਿਰੋਧੇ ਦੀ ਵਿਜੇਸੇ ਦੀ ਔਰ ਪੂਰੀ ਯੂਰਪ ਦੀ ਸੰਗਤ ਆ ਇੰਗਲੈਂਡ ਅਮਰੀਕਾ ਤੋਂ ਵੀ ਸਾਡੇ ਰਿਸ਼ਤੇਦਾਰ ਆਏ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਰਵਿਦਾਸ ਮਾਨੇ ਤੁਹਾਨੂੰ ਇਹ ਦੁਆ ਦੀ ਸੂਝਬੂਝ ਬਖਸ਼ਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸਮਾਜ ਜਿਹੜਾ ਇੱਕ ਵਧੀਆ ਢੰਗ ਨਾਲ ਸਜਿਆ ਜਾਵੇ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਦਾਸ ਦੇ ਕੋਲ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਣਾ ਜਾਣ ਸਮਝ ਕੇ ਮਾਫ਼ ਕਰਨਾ ਇੱਕ ਵਾਰ ਫਿਰ ਸਾਰੇ ਸ਼ਬਦ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਇੱਕ ਜਗਾਰਾ ਲੱਗੇ ਉਸ ਤੋਂ ਬਾਅਦ ਕਲਾਕਾਰ ਦਿਖਣਗੇ ਜੋ ਬੋਲੇ ਸੋ ਦੇਖੋ ਆਪਾਂ ਪਕੌੜੇ ਵੀ ਖਾਧੇ ਚਾਟ ਵੀ ਖਾਧੀ ਆਵਾਜ਼ ਨਹੀਂ ਆਈ ਇੱਕ ਵਾਰੀ ਜੋ ਦੇ ਰਾਮ ਜੋ ਕਿ ਥੋੜਾ ਜਿਹਾ ਪਕੌੜੇ ਨਾਲ ਹੋ ਗਿਆ ਚਲੋ ਸਾਰੀ ਸੰਗਤ ਦਾ ਮੇਰੇ ਫਿਰ ਧੰਨਵਾਦ ਜੈ ਗੁਰਦੇਵ ਜੈ ਭੀਮ ਜੈ ਭਾਰਤ ਸਾਰੇ ਜਾਣਦੇ ਹਾਂ ਗੁਰੂ ਮੇਰੀ ਸਾਧ ਸੰਗਤ ਜੀ ਸੁਦਾਸ ਸਪੈਸ਼ਲੀ ਤੌਰ ਤੇ ਜੋ ਬਾਹਰੋਂ ਅਮਰੀਕਾ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਸਾਰੇ ਯੂਰਪ ਤੋਂ ਸੰਗਤ ਆਈ ਹੈ ਸ੍ਰੀ ਗੁਰਦਾਸ ਨੇ ਪਰ ਵਿਜੇ ਸੰਗਤ ਦੇ ਵਿਜੇ ਸੰਗਤ ਦੀ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿਵੇਂ ਕਿ ਅਮਰੀਕਾ ਤੋਂ ਸਾਡੇ ਵੀਰ ਕੁਲਦੀਪ ਸਿੰਘ ਹੀਰ ਜੀ ਅਤੇ ਰਾਜਵੰਤ ਹੀਰ ਜੀ ਸਪੈਸ਼ਲੀ ਤੌਰ ਤੇ ਸਤਿਗੁਰੂ ਦਾਸ ਵਾਲੇ ਚੈਨਲ ਵਿੱਚ ਹਾਜ਼ਰੀ ਪਾਉਣ ਵਾਸਤੇ ਆਏ
Thank you.
ਜੋ ਬੋਲੇ ਸੋ ਨਿਰਭੈ
ਸ਼ਾਇਦ ਇਹ ਪੂਰਾ ਮੰਡੀ ਨੂੰ ਯਾਦ ਕਰਵਾਉਂਦੀ ਆ। ਦਾਸ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਇਸ ਜਨ ਸ਼ਹਿਰ ਦੀ ਕਮੇਟੀ ਦਾ ਅਤੇ ਸਾਹ ਸੰਗਤ ਦਾ, ਬਾਕੀ ਇਟਲੀ ਦੀ ਸਮੂਹ ਸਾਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਇੱਥੇ ਟਾਈਮ ਦੇਣ ਲਈ ਨਵਾਜਿਆ। ਦਾਸ ਇੱਕ ਤੋਂ ਪਹਿਲਾਂ ਸ਼ੁਰੂ ਕਰੇਗਾ, ਸੰਤ ਜੀ ਪਹਿਲਾਂ ਬੋਲ ਕੇ ਗਿਆ ਜੇੜ ਵਾਲੇ, ਉਸ ਤੋਂ ਬਾਅਦ ਮਾਨਕ ਜੀ ਆਏ, ਮੇਰੇ ਸਾਥੀ ਇੰਗਲੈਂਡ ਤੋਂ ਆਏ ਸੀ, ਸਾਰੇ ਨੇ ਉਹਨੂੰ ਖਿਆਲ ਕੀਤਾ ਰਹੀ ਜੋ ਵੀ ਮੇਰਾ ਵੀਰ ਕੁਛ ਵੀ ਕਰ ਸਕਦਾ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ। ਮੈਂ ਇਹਨਾਂ ਦੱਸਦਾ ਜਿਹੜਾ ਆਖ ਦੇ ਵਿੱਚ ਸਾਰੇ ਹੀ ਵੀਰਾਂ ਦਾ, ਪ੍ਰਧਾਨ ਜੀ ਦਾ, ਸਖੀ ਸਾਹਿਬ ਦਾ ਅਤੇ ਮੇਰੇ ਬੈਠ ਸਾਰੇ ਪ੍ਰਾਹੁਣਾ ਸਾਹਿਬ ਜੀ, ਲਾਲ ਜੀ ਜਿਹੜਾ ਕੰਮ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹਨਾਂ ਨੇ ਸਟੈਪ ਦਿੱਤਾ। ਬਾਕੀ ਇੱਕ ਗੱਲ ਰੂੰਗਾ, ਇਹ ਗੁਰੂ ਮਹਾਰਾਜ ਜੀ ਜਿਹੜੀ ਪਰਾਲੀ ਆ ਕੌਮੀ ਪਰਾਲੀ ਵਧੀ ਜਾ ਰਹੀ ਆ, ਵਧਣ ਦੇ ਨਾਲ ਨਾਲ ਉਹਦੇ ਜਿਹੜੇ ਕੰਮ ਆ ਜੋ ਸਾਨੂੰ ਕਹਿ ਕੇ ਗਏ ਉਹ ਵੀ ਸਾਨੂੰ ਕਰਨੇ ਚਾਹੀਦੇ ਆ। ਇੱਕ ਮੁੱਠ ਹੋਣਾ ਚਾਹੀਦਾ, ਇੱਕ ਮੁੱਠ ਹੋ ਕੇ ਇਹਦਾ ਵੀ ਕੰਮ ਹੋ ਸਕਦੇ ਆ। ਅਖੀਰ ਦੇ ਵਿੱਚ ਮੈਂ ਇਸ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਹੀ ਜਗਤੋਂ ਇਟਲੀ ਦੇ ਨਿਵਾਸੀਆਂ ਨੂੰ, ਸਪੈਸ਼ਲੀ ਜੈਂਸਰ ਦੇ ਨਿਵਾਸੀਆਂ ਨੂੰ ਲੱਖ ਦਾ ਵਧਾਈ ਪੇਸ਼ ਕਰਦਾ ਅਤੇ ਅੱਗੇ ਵਧਾ ਜਾ। ਬੋਲੇ ਸੋਨ ਪੈ ਦਾਸ ਮਹਾਰਾਜ ਕੀ ਜੈ। ਸ਼ਕਤੀ ਕਰਦੇ ਗੁਰੂ ਕਰਦੇ ਜੋ ਗੁਰੂ ਘਰ ਦੇ ਸਾਬਕਾ ਜਨਰਲ ਸਕੱਤਰ ਚਮਨ ਲਾਲ ਜੀ ਛੀਮਾ ਜੀ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈਗੀ ਉਸ ਲਈ ਜਾਣ ਔਰ ਇੱਕ ਸ਼ਬਦ ਜੀ ਹਾਜ਼ਰ ਹੋਣ ਜੀ ਆਹ
ਮਿਊਜ਼ਿਕ ਗਰੁੱਪ ਮਿਲਾਨ ਹੈ ਔਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਜੋ ਗੌਰਵ ਡਿਜੀਟਲ ਸਟੂਡੀਓ ਹੈ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ ਹੈ, ਸ੍ਰੀ ਗੁਰੂ ਰਵਿਦਾਸ ਨੇ ਗੁਰੂ ਜੈਸਾ ਦੀ ਸਮੂਹ ਸਾਗਰ ਅਤੇ ਪ੍ਰਬੰਧਕ ਕਮੇਟੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ। ਰਾਮ ਕਹਿ ਛੁਟਿਆ ਹਮ ਤੋ ਏਕ।
ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕੈਸਾ ਕਨਕ ਜੈਸਾ ਜੋ ਪੈ ਹਮ ਨਾ ਪਾਪ ਕਰਨ ਤਾ ਇਹ ਅਨੰਤਾ ਭਜਨ ਪਾਵਨ ਨਾਮ ਕੈਸੇ ਹੰਤਾ ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਭ ਦੇ ਜਨ ਜਨੀ ਦੇ ਜਨ ਦੇ ਸਵਾਮੀ ਸੀਰ ਅਰਾਧੇ ਮੁਕੋ ਵਿਚਾਰ ਗੁਰਦਾਸ ਸਮਝੋ ਸਮਝਾਵੇ ਕੋ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਹਰ 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 ਹਰੇ ਹਰਸ਼ ਮੰਜਨ ਗਏ ਨਿਸ਼ਚਰ ਚਰੇ ਹਰ ਕੇ ਨਾਮ ਕਬੀਰ ਪੂਜਾ ਕੇ ਜਨਮ ਜਨਮ ਕੇ ਕਾਟੇ ਕਾਗ ਨਿਮਤ ਨਾਮ ਦੇ ਦੂਜ ਵੀ ਆਇਆ ਦੋ ਜੋ ਜਨਮ ਸੰਕਟ ਨਹੀਂ ਆਇਆ ਜਨ ਰਵਿਦਾਸ ਰਾਮ ਰੰਗ ਰਾਤਾ ਇਉਂ ਗੁਰ ਪ੍ਰਸਾਦ ਰੰਗ ਨਹੀਂ ਜਾਤਾ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਸੁਖ ਸਾਗਰ ਸੁਖ ਦਰ ਚਿੰਤਾ ਮਨ ਕਾਮ ਚੀਨ ਬਸ ਜਾ ਕੇ ਚਾਰ ਪਦਾਰਥ ਅਰਧ ਸ਼ਾਸਨ ਨਾਮ ਰੇਖਾ ਚਲ ਤਾਂ ਕਿ ਹਰ 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 ਨਾ ਜਪੇ ਰਸਨਾ ਅਵਰ ਸਭ ਤਿਆਗ ਬਜਰ ਜਨ ਨਾਨਾ ਗਿਆਨ ਪ੍ਰਾਣ ਚੌਥੇ ਸਭ ਕਰ ਮਾਹੀ ਵਿਆਸ ਵਿਚਾਰ ਕਿਉ ਪਰਮਾਰਥ ਰਾਮ ਨਾਮ ਸਰਣਾਏ ਸਹਿ ਸਮਾਜ ਉਪਾਸ ਰਹਿਤਪਨ ਬੜੇ ਪਾਗਲੇ ਲਾਗੇ ਕਹਿਰ ਵਿਦਾਸ ਪ੍ਰਕਾਸ਼ ਤੇ ਜਨ ਮਨ ਪੈ ਪਾਗੀ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਐਸੀ ਲਾਲ ਜੀਵਨ ਕੌਣ ਕਰੇ ਗਰੀਬ ਨਿਵਾਜ ਸਿੰਘਾ ਮੇਰਾ ਮਾਥੇ ਸ਼ਰਤੇ ਜਾਕੀ ਸ਼ੋ ਜਗਤ ਕੋ ਲਾਗੇ ਤਾਂ ਪਰ ਪੀਟ ਨੀਚੇ ਪਹੁੰਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਰੇ ਨਾਮ ਦੇਵ ਕਵੀ ਤਲੋਚਨ ਸਦਨਾ ਸੈਨ ਸੇ ਕਹਿਰ ਵਿਦਾਸ ਨੋ ਰੇ ਸੰਤੋ ਹਰ ਜੋ ਤੇ ਸਭੇ ਸੇ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਦਾਰੋ ਦੇ ਸਭ ਕੋ ਹਸੇ ਅਸੀਂ ਦਸ਼ਾ ਹਮਾਰੀ ਅਹਟ ਸਾਸ ਕਰੋ ਸਭ ਕਿਰਪਾ ਤੁਮਾਰੀ ਤੂੰ ਜਾਣ ਤੇ ਮੈਂ ਕਿਛ ਨਹੀਂ ਪਾਉ ਖੰਡਰ ਰਾਮ ਸਗਲ ਜੀ ਸਰਨਾ ਜੀ ਪ੍ਰਭੂ ਰਾਂ ਕਾਮ ਜੋ ਤੇਰੀ ਸਰਨਾ ਜਤਨ ਨਾਹੀ ਪਾਰ ਪੂਜਨੇ ਤੁਮ ਤੇ ਤੇਰੇ ਆਲ ਸੰਸਾਰ ਕਹਿਰ ਵਿਦਾਸ ਅਕਟ ਕਟਾਵੋ ਪਏ ਕੁਲੀ ਜੀ ਜੈਸਾ ਤੂੰ ਜੈਸਾ ਤੁਸੀਂ ਉਪਮਾ ਦੀਜੀਏ ਜੈਸਾ ਤੁਸੀਂ ਜੈਸਾ ਤੁਸੀਂ ਉਪਮਾ ਦੀਜੀਏ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਤਨ ਤਨ ਯਗ ਕਰੋ ਸਤਗੁਰਦਾਸ ਮਰੀ ਪਵਿੱਤਰ ਅੰਮ੍ਰਿਤ ਬਾਣੀ ਚਾਂਦਰ ਗਈ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਤਨ ਤਨ ਯਗ ਕਰੋ ਸਤਗੁਰਦਾਸ ਮਹਾਰਾਜ ਜੀ ਦੀ ਪਵਿੱਤਰ ਕਮਾਈ ਦਾ ਚਾਂਦਰ ਗਈ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਤਨ ਤਨ ਸਰਵ ਬਾਲਮਿਕ ਜੀ ਮਹਾਰਾਜ ਤਨ ਤੋ ਕਵੀਰ ਜੀ ਮਹਾਰਾਜ ਤਨ ਤਨ ਸੁਖਸਦਰਾ ਜੀ ਮਹਾਰਾਜ ਤਨ ਤਾ ਸਤਗੁਰੂ ਸੈਨ ਜੀ ਮਹਾਰਾਜ ਤਨ ਤਾ ਸਤਗੁਰੂ ਨਾਮ ਜੀ ਮਹਾਰਾਜ ਤਨ ਤਾ ਸਤਗੁਰੂ ਬਾਬਾ ਫਰੀਦ ਜੀ ਮਹਾਰਾਜ ਤਨ ਤਾ ਸਰੂ ਲੰਕਾ ਜੀ ਮਹਾਰਾਜ ਤਨ ਤਾ ਸਤਗੁਰ ਬੰਕਾ ਜੀ ਮਹਾਰਾਜ ਤਨ ਤਨ ਸ਼੍ਰੀ ਚੰਦ ਜੀ ਮਹਾਰਾਜ ਤਨ ਤਨ ਸੰਤ ਮੀਰਾਬਾਈ ਜੀ ਮਹਾਰਾਜ ਤਨ ਤਨ ਸ਼ਾਹ ਬਿਨ ਜੀ ਮਹਾਰਾਜ ਸਾਰੇ ਮਹਾਂਪੁਰਸ਼ਾਂ ਦੀ ਪਵਿੱਤਰ ਕਮਾਈ ਦਾ ਚਾਂਦ ਰੱਖੀ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਤਨ ਤਨ ਯੋ ਸਤਿਗੁਰਦਾਸ ਮਹਾਰਾਜ ਜੀ ਜਨਮ ਸਥਾਨ ਸ਼੍ਰੀ ਗੁਰਦਪੁਰ ਬਾਰਾਂ ਸ੍ਰੀ ਬੇਗਪੁਰਾ ਹਰਦਵਾਸਮ ਗੁਰਦੁਆਰਿਆਂ ਗੁਰਦਾਸ ਦਾ ਝੰਡਾ ਪੰਗਾ ਨਿਸ਼ਾਨਾ ਸੋਹਰਾ ਜੀ ਕਾ ਚਾਂਦ ਰੱਖੀ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਹਮਸਰ ਦੀਨ ਦਿਆਲਾ ਹਮਸਰ ਅਪਤਿਆਰ ਕੀਜੇ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੇ ਹੋਮ ਬਲਵਲ ਜਮਨ ਮਈਆ ਕਾਰਨ ਕਾਰਨ ਕਵਨ ਅਬੋਲ ਬੋਜਨ ਵਿਸ਼ੇ ਤੇ ਮਾਧਵ ਇਹ ਜਨ ਤੁਮਾਰੇ ਲਿਖੇ ਗਹਿਰ ਵਿਦਾਸ ਆਸਗਰੀ ਵਿਚਿਰ ਪਿਓ ਦਰਸ਼ਨ ਲਿਖੇ ਗਹਿਰ ਵਿਦਾਸ ਆਸਗਰੀ ਵਿਚਿਰ ਪਿਓ ਦਰਸ਼ਨ ਲਿਖੇ ਜਪੋ ਜੀ ਸਤਨਾਮ ਜਪੋ ਜੀ ਸਤਨਾਮ ਤਨ ਤਨ ਜਗਤ ਗੁਰੂ ਸਰਗੁਰਦਾਸ ਮਹਾਰਾਜ ਜੀ ਆਪ ਜੀ ਕੇ ਅਰਦਾਸ ਬੇਨਤੀ ਜੋੜੀ ਸੱਚੇ ਪਾਤਸ਼ਾਹ ਵੀ ਨਿਭਾ ਜਿਓ 1433 ਕੀ ਮਾਘ ਸਦੀ 15 ਸੁਖੀਓ ਕੇ ਕਲਿਆਣ ਪ੍ਰਗਟ ਸਮੂਹ ਸੰਗਤਾਂ ਵੱਲੋਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ ਵੀ ਨਿਭਾ ਜਿਓ ਜਿਨ੍ਹਾਂ ਗੁਰਮੁਖ ਪਰਿਵਾਰਾਂ ਨੇ ਆਪ ਜੀ ਦੇ ਆਗਨ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਜੋ ਜੋ ਵੀ ਸੇਵਾਵਾਂ ਕੀਤੀਆਂ ਹਨ ਗਰੀਬ ਨਿਵਾਜੋ ਸਭ ਸੇਵਾਵਾਂ ਦਰ ਪ੍ਰਵਾਨ ਕਰਨੇ ਜਿਨ੍ਹਾਂ ਭਾਵ ਨੂੰ ਮੁੱਖ ਰੱਖਦੇ ਹਾਂ ਸੇਵਾਵਾਂ ਕੀਤੀਆਂ ਸੋ ਭਾਵਨਾ ਪੂਰੀਆਂ ਕਰਨੇ ਕਾਲ ਕਰੋ ਗੁਰ ਕਰਨ ਸਿਰਤੇ ਮੇਹ ਪਰ ਹੱਥ ਰੱਖਣਾ ਕਾਰੋਬਾਰਾਂ ਦੇ ਬਖਸ਼ੇ ਵਿਸ਼ੇ ਮਿਹਰ ਕਰਨੀ ਕਿਰਪਾ ਕਰਨੇ ਗਰੀਬ ਨਿਵਾਜੋ ਆਪ ਜੀ ਗੁਰਪੁਰਬ ਨੂੰ ਮੁੱਖ ਰੱਖਦੇ ਹੋਇਆਂ ਆਪ ਜੀ ਦਲਕਾ ਦੇ ਪ੍ਰੀਤਵਨ ਪਾਤਸ਼ਾਹ ਭਾਈ ਰਾਜਕੁਮਾਰ ਚੁੰਬਰ ਆਪਣੇ ਦੋਹਤੇ ਜੋਰ ਜੋ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਗਰੀਬ ਨਿਵਾਜੋ 21 ਅਰਜ ਅਰਦਾਸ ਵਿੱਚ ਮਿਹਰ ਕਰਨੇ ਕਿਰਪਾ ਕਰਨੇ ਬੱਚੇ ਲੰਬੀ ਲੰਬੀ ਆਜਾ ਕਰਨੇ ਮਾਤਾ ਪਿਤਾ ਦਾ ਪਿਆਰ ਬੇਜਲਾ ਦਾਨ ਰੋਸ਼ ਕਰਨਾ ਮਿਹਰ ਕਰਨੇ ਕਿਰਪਾ ਕਰਨੇ ਗਰੀਬ ਨਿਵਾਜੋ ਆਏ ਦਲਕਾ ਦੇ ਪ੍ਰੀਤਵਾਨ ਚੰਦਰ ਕੁਮਾਰ ਸ਼ੀਮਾਰ ਦੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਚੰਦਰ ਕੁਮਾਰ ਸ਼ੀਮਾਰ ਦੀ ਤੰਦਰੁਸਤੀ ਵਾਸਤੇ 11 ਅਰਦਾਸ ਵਿੱਚ ਮਿਹਰ ਕਰਨੇ ਕਿਰਪਾ ਕਰਨੇ ਦੇਰ ਉਪਚਾਰੇ ਦਾਨ ਰੋਸ਼ ਕਰਨੇ ਗਰੀਬ ਨਿਵਾਜੋ ਆਏ ਦਲਕਾ ਦੇ ਪ੍ਰੀਤਵਾਨ ਸੰਤੋਖ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਦੇਵੀ ਦੀ ਸੇਵਾ ਕਰਵਾਈ ਗਈ ਗਰੀਬ ਨਿਵਾਜੋ ਸੰਤੋਖ ਸਿੰਘ ਆਪਣੇ ਪਰਿਵਾਰ ਇਟਲੀ ਵਿਖੇ ਆਉਣ ਦੀ ਖੁਸ਼ੀ ਦੇ ਅੰਦਰ ਦੇਵੀ ਦੀ ਸੇਵਾ ਕਰਵਾ ਰਹੇ ਹਨ ਮਹਾਰਾਜ ਜਿਨ੍ਹਾਂ ਪਰ ਮੁੱਖ ਸੇਵਕ ਦੇਵੀ ਦੀ ਸੇਵਾ ਕਰ ਸੰਭਾਵਨਾ ਪੂਰੀਆਂ ਕਰਨ ਗਰੀਬ ਨਿਵਾਜੋ ਤਨ ਤਨ ਯੋਗ ਸਰਬਦਾਸ ਮਜੇ ਆਪ ਦੇ ਪੁੱਤਰ ਆਵਰ ਗੁਰਪੁਰ ਨੂੰ ਮੁੱਖ ਰੱਖਦੇ ਹਨ ਸਮੂਹ ਸੰਗਤਾਂ ਵੱਲੋਂ ਆਪ ਦੇ ਪੁੱਤਰ ਅੰਮ੍ਰਿਤ ਬਣੇ ਦੀ ਜਾਪਣ ਦੀ ਲੜੀ ਆਰੰਭ ਤੱਕ ਕਰਵਾਈ ਗਈ ਸੀ ਗਰੀਬ ਨਿਵਾਜੋ ਉਹਨਾਂ ਲੜੀ ਨੂੰ ਮੁੱਖ ਰੱਖਦੇ ਹਨ ਅੱਜ ਜੋ ਗੁਰਮੁੱਖ ਪਰਿਵਾਰ ਨੇ ਆਪ ਜੀ ਅੰਮ੍ਰਿਤ ਬਣ ਦੀ ਜਾਪ ਦੀ ਸੇਵਾ ਕਰਵਾਈ ਗਰੀਬ ਨਿਵਾਜੋ ਪਹਿਲੀ ਜਾਪ ਦੀ ਸੇਵਾ
ਆਵਾਜ਼ ਦਾ ਕਰਦੇ ਬ੍ਰੀਨ ਭਾਈ ਸਾਹਿਬ ਭਾਈ ਰਾਜ ਕੁਮਾਰ ਮੰਤਰੀ ਪਹਿਲਾ ਸਮੂਹ ਪਰਿਵਾਰ ਵੱਲੋਂ ਕਰਵਾਈ ਗਈ ਹੈ ਬ੍ਰੀਨ ਬਾਜੀ ਇਸ਼ਕ ਗੁਰਮੁਖ ਪਰਿਵਾਰ ਨਾਲ ਹੀ ਨਾਲ ਦੇਵੀ ਦੀ ਸੇਵਾ ਅਤੇ ਹੋਰ ਲੰਗਰਾਂ ਦੀਆਂ ਦਸਤਾਂ ਦੀ ਸੇਵਾਵਾਂ ਕਰਵਾਈ ਗਈਆਂ ਮਹਾਰਾਜ ਜੀਓ ਜਿਹਨਾਂ ਭਾਵਨਾ ਮੁਖਰਾਂ ਨੇ ਸੇਵਾ ਨੇ ਅੰਮ੍ਰਿਤ ਬਣ ਦੀ ਜਾਵੇ ਸੇਵਾ ਕਰੇ ਸੋ ਭਾਵਨਾ ਪੂਰੀਆਂ ਕਰਨੇ ਬਾਲਕ ਨੇ ਦੁਰਗਾ ਸਿਰ ਦੇ ਮੀਰ ਪੁਰਾ ਗਰੀਬ ਨੂੰ ਵਾਜੀਓ ਆਵਜ਼ ਦਰਗਾਹ ਦੇ ਦੂਜੇ ਅੰਮ੍ਰਿਤ ਬਣ ਦੀ ਜਾਵੇ ਸੇਵਾ ਆਵਜ਼ ਦਰਗਾਹ ਦੇ ਪ੍ਰੀਤਮ ਭਾਈ ਸਾਹਿਬ ਬੱਚੇ ਸਵੀਰ ਭਰੋਲੀ ਸਮੂਹ ਪਰਿਵਾਰ ਵੱਲੋਂ ਕਰਵਾਈ ਗਈ ਹੈ ਗਰੀਬ ਨੂੰ ਵਾਜੀਓ ਮਿਹਰ ਕਰੋ ਕਿਰਪਾ ਕਰੋ ਗਰੀਬ ਨੂੰ ਵਾਜੀ ਭਾਵਨਾ ਮੁਖਰਾਂ ਦੇ ਸੇਵਕਾਂ ਨੇ ਜਾਪਾਂ ਦੇ ਸੇਵਕ ਸੁਭਾਵ ਪੂਰੀਆਂ ਕਾਲ ਅਕਾਲ ਕੱਟਣ ਦੁਰਗਾਹ ਨੇ ਗਰੀਬ ਨੂੰ ਵਾਜੀ ਆਵਜ਼ ਦਰਗਾਹ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਛੋਟੀ ਰਾਮ ਵੱਲੋਂ ਮਹਾਰਾਜ ਮਾਲਾ ਸਾਹਿਬ ਦੇ ਜ਼ੋਰ ਸ਼ੋਰ ਐਰੋ ਦੀ ਅਰਦਾਸ ਵਿੱਚ ਚਲਾਉਂਦੇ ਹਨ ਮਿਹਰ ਕਰਨੀ ਕਿਰਪਾ ਕਰ ਜਨਮ ਭਾਵ ਨੂੰ ਮੁੱਖ ਰੱਖਦੇ ਹਾਂ ਸੇਵਕਾਂ ਨੇ ਆਵਜ਼ ਦਾ ਸਮੁੰਦਰ ਮਾਲੇ ਬਣਾਏ ਸੇਵਕਾਂ ਨੇ ਲੋਕ ਕੋਲੋਂ ਪਰਦੇ ਕੱਢਣੀ ਮਿਹਰ ਕਰਨੀ ਕਿਰਪਾ ਕਰਨੀ ਗਰੀਬ ਨੂੰ ਵਾਜੀ ਹੋ ਆਵਜ਼ ਦਰਗਾਹ ਦੇ ਪ੍ਰੀਤਮ ਭਾਈ ਸਾਹਿਬ ਭਾਈ ਸੋਹਣ ਲਾਲ ਅੰਤਕ ਮਜੂਰੇ ਸਮੂਹ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਕਰਵਾਈ ਹੈ ਮਿਹਰ ਕਰਨੀ ਕਿਰਪਾ ਕਰਨੀ ਗਰੀਬ ਨੂੰ ਵਾਜੀ ਹੋ ਤਨ ਤਨ ਯਗਜੂਸ਼ ਅਰਦਾਸ ਮਲੇ ਆਪ ਜੀ ਦੇ ਗੁਰਮੁਖ ਪਰਿਵਾਰ ਭਾਈ ਸਾਹਿਬ ਭਾਈ ਹੇਮਰਾਜ ਬੰਗਲ ਦੇ ਸਮੂਹ ਪਰਿਵਾਰ ਵੱਲੋਂ ਦੋ ਸਰਮੋਸ਼ਾਂ ਅਤੇ ਸੌ ਪਛੇਤਾ ਪਾਣੀ ਦੇ ਮਨ ਸੇਵਾ ਕਰਵਾਉਣ ਹੈ ਮਿਹਰ ਕਰਨੀ ਕਿਰਪਾ ਕਰਨੀ ਗਰੀਬ ਨੂੰ ਵਾਜੀ ਰਾਜ ਕੁਮਾਰ ਸੁਣਦੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਆਯੋ ਗੁਰੂ ਨੂੰ ਮੁੱਖ ਰੱਖਦੇ ਹੋਇਆ ਅਖੰਡ ਦੇ ਸੇਵਾ ਕਰਵਾਈ ਗਈ ਮਿਹਰ ਕਰਨੀ ਕਿਰਪਾ ਕਰਨੀ ਜਿਹਨਾਂ ਭਾਵਨਾ ਮੁੱਖ ਰੱਖਦੇ ਹੋਇਆ ਸੇਵਕਾਂ ਨੇ ਸੇਵਾਵਾਂ ਕਰਾਈਆਂ ਸੋ ਭਾਵਨਾ ਪੂਰੀਆਂ ਕਰਨ ਗਰੀਬ ਨੂੰ ਵਾਜੀ ਕਾਲ ਕੰਟੋਲ ਸੱਚੇ ਮੇਲ ਭਰਿਆ ਹੱਥ ਗਣਾ ਜਿਹਨਾਂ ਗੁਰਮੁੱਖ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਬਣਾਇਆ ਗਿਆ ਆਪ ਅੰਗੀਕਾਰ ਕੋਲ ਸੇਵਕਾਂ ਨੇ ਲੋਕ ਲੋਕ ਪਰਦੇ ਗੁਰਨੇ ਮਿਹਰ ਕਰਨੀ ਕਿਰਪਾ ਕਰਨੀ ਗਰੀਬ ਨੂੰ ਆਪ ਜੀ ਦੇ ਗੁਰਭਵਨ ਮਨਾਉਂਦੇ ਹਨ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਣ ਜਾਣ ਪੁੱਛੇ ਸੰਗੀ ਖੇਮਾ ਕਰਨੇ ਸਮਰਥ ਬਾਕੀ ਕਰਨੇ ਮਿਹਰ ਕਰਨੇ ਕਿਰਪਾ ਕਰਨੀ ਗਰੀਬ ਨੂੰ ਆਪ ਜੀ ਗੁਰਪੁਰਬ ਨੂੰ ਮੁੱਖ ਰੱਖਦੇ ਹਾਂ ਅੰਮ੍ਰਿਤ ਵੇਲੇ ਲੈ ਕੇ ਆਇਆ ਸੋ ਆਪ ਜੀ ਬਾਣੀ ਰਾਹੀ ਬਾਣੀ ਅੰਮ੍ਰਿਤ ਪੰਜ ਦੀ ਜਾਪ ਪ੍ਰਬੰਧ ਕਥਾ ਕੀਰਤਨ ਵਿਚਾਰਾਂ ਹੋਈਆਂ ਮਹਾਰਾਜ ਆਪ ਜੀ ਅੰਮ੍ਰਿਤ ਪੰਜ ਦੀ ਜਾਪ ਕਰਦੇ ਹਾਂ ਕਥਾ ਕੀਰਤਨ ਵਿਚਾਰਾਂ ਕਰਦੇ ਹਾਂ ਅਨੇਕਾਂ ਪ੍ਰਕਾਰ ਦੇ ਗਲਤੀਆਂ ਜਾਣ ਪੁੱਛੇ ਸੰਗੀ ਖੇਮਾ ਕਰਨੇ ਸਮਰਥ ਬਾਕੀ ਕਰਨੇ ਮਿਹਰ ਕਰਨੇ ਕਿਰਪਾ ਕਰਨੀ ਗਰੀਬ ਇਸ ਵੇਲੇ ਦੀਵਾਨਾਂ ਦੇ ਸਮਾਉ ਚ ਹੈ ਗਰੀਬ ਨੂੰ ਵਾਜਿਓ ਪਵਿੱਤਰ ਹੁਕਮਨਾਮ ਬਖਸ਼ ਸੰਗ ਜਦੋਂ ਨਿਹਾਲ ਨਿਹਾਲ ਕਰੋ ਜੋ ਸ਼ਰਨ ਆਵੈ ਜਿਸ ਕੰਠ ਲਾਵੈ ਇਹ ਸਵਾਮੀ ਸੰਦਾ ਸੁੱਖ ਹੋਵੇ ਨਾਮ ਚਿੰਤਾ ਸੁਖਦਾਸ ਮਾਰੇ ਅਨੰਦ ਚੜ੍ਹਦੀ ਕਲਾ ਤੇਰੇ ਭਾਣੇ ਸੁਵੱਤਾ ਜੋ ਬਲੇ ਸੋਨ ਰੂਪ ਹੈ ਹਰਸੋ ਹੀਰਾ ਸ਼ਾਣਕ ਕਰੇ ਆਨਕੀ ਇਹ ਨਾਲ ਦੋ ਜਗ ਜਾਏਂਗੇ ਸਤ ਪਾਖ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਛੋਟ ਬੜੇ ਸਭ ਸੰਭਸੈ ਰਵਿਦਾਸ ਰਹੇ ਆਓ ਆਪਣੇ ਇਸ਼ਟ ਕੀ ਮਨ ਮੈਂ ਧਰੀਐ ਔਰ ਦੇਵ ਨੇ ਪੂਜੀਐ ਰਵਿਦਾਸ ਹੋਏ ਸੂਰਾ ਭਲਾ ਜੋ ਲੜੇ ਧਰਮ ਦੇ ਅੰਗ ਅੰਗ ਕਟ ਪੁਇੰਗਰੈ ਤਉ ਨ ਛਾਡੈ ਰਵਿਦਾਸ ਜੇ ਗ੍ਰੰਥ ਹੈ ਪੜੇ ਸੁਣੇ ਮਨ ਸਵੀ ਪਦਾਰਥ ਮਿਲੇਂਗੇ ਇਸੇ ਸਾਬਰ ਸਵੀ ਪਦਾਰਥ ਮਿਲੇਂਗੇ ਇਸੇ ਸਾਬਰ ਜੋ ਬੋਲੇ ਸੋਨ ਰੁਪੈ ਸਾਹਿਬ ਕੀ ਨੀਂਦ ਜੋ ਲੈ ਸੋਨ ਰੁਪੈ
कि हे इंसान हे बंदे तेरी सोच दे नाल इस संसार विच कुछ नहीं होने वाला भावे तू जिन्हिया मर्जी सोचा सोच ले। गुरु साहब फरमाते ने मता करे पछम की ताई पूर्व ही ले जा खिनमे थापो थापण हारा अपन हाथ मता। क्योंकि जो गुरु तेरी सत संग जी सृष्टि चलती है यह परमात्मा के इशारे दे नाल चलती है क्योंकि वह जो चाहे उ कर सकता है। गुरु साहब कहते सहस सियाणपा लख होए ताई कना चले नाल असी उस परमात्मा की अकल दे अगे जीरो हाँ। गुरु मेरी साध संगत जी साडियां सोचां सोचण दे नाल संसार विच कदी कुछ नहीं होने वाला साडियां सोचां उस परमात्मा की सोच के अगे व्यर्थ ने। इस करके सानू सारे नूं परमात्मा की बंदगी भजन सिमरन करना चाहिए है। किसी की निंदा चुगली बुराई नहीं करनी चाहिए क्योंकि जो बुराई है जो निंदा है उसकी परमात्मा गुरु साहबान ने बहुत ही निंदा की है। सो अज के प्रोग्राम के किसी भी मेरे वीर भैन को सेवादार को कमेटी मैंबरस को और गुरु घर की प्रबंधक कमेटी वालों हाथ जोड़ के माफी चाहता है। सो गुरु प्रोग्राम सफल होया है। गुरु घर की जो प्रबंधक कमेटी है गुरु तेरी साध संगत जी उसनों चलाने वाली संगत है। संगत का कमेटी एक बार फिर बहुत बहुत धन्यवाद करती है। किसी के कोलो भी किसी को वध घट बोल गया हो गलती गुस्से में बोल गया हो किसी किसी भी मेरे वीर भैन ने गुस्सा नहीं करना इसी तरह सारा ने कमेटी का सहयोग देना है। गलतियां की माफी प्रसाद सारी संगत ने लेके जाना है प्रसादा सारी संगत ने सके जाना है किसी ने प्रसाद तो बगैर नहीं जाना। सो अज के प्रोग्राम की समाप्ति है। समाप्ति गुरु तेरी साध संगत जी आप सतगुरु के चरणों में हाजिरी लगाते हुए जकारे समाप्ति करिए। अठ जकारे बुलावेगा अठ का ही जवाब बुलंदी विच देना है। जो
चंदन हम इरंडुबा पुरे संग तुम्हारे बासा निज रूख ते ऊच पाए हैं गंध सुगंध निवासा सुगंध निवासा माधो 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 ससंगत शरण तुम्हारे ससंगत शरण तुम्हारे हम अवगुण तुम उपकारी माधो संगत मिल रही है माधो जैसे मधुप मखीरा जैसे मधुप मखीरा तुम मखतूल सफेद सफियल हम बपरे जस कीरा सत संगत मिल रही है माधो जैसे मधुप मखीरा शरण तुम्हारी सत्संगत शरण तुम्हारी हम अवगुण तुम उपकारी माधो 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 शरण तुम्हारी हम अवगुण